प्यारे बच्चों, अज आपां तुहाडी 12वीं श्रेणी दी जनरल पंजाबी दी पाठ पुस्तक विच्चों शिव कुमार बटालवी जी दी कविता जिहड़ी तुहाडे सिलेबस दे विच दित्ती गई है, गीत, इस दा जिहड़ा है आपां अध्ययन करांगे। इस कविता विच कवि ने जिहड़ा है अपने जिहड़ा जो उसका प्यार सी, प्रेम सी, प्रेमिका उस दे नालों विछड़ गई सी ते उसका प्रेम अधवाटे रह गया सी, उस दे अपने जिहड़े मनोभाव ने, अपने हाव भाव ने, वह इस कविता दे विच व्यक्त, इस गीत दे विच व्यक्त किते हन। शिव कुमार बटालवी नूं गीतां दा कवि भी जाणिया जांदा है। प्यारे बच्चो, तुहाडा जिहड़ा ये लैक्चर है ਇਹ ਆਪਣੇ ਸਕੂਲ ਦੇ ਬਣੇ ਯੂਟਿਊਬ ਚੈਨਲ ਦੇ ਉੱਤੇ GSS ਬੋਏ ਸਕੂਲ ਗੁਰੂ ਸਾਹਿਬ ਤੇ ਅਪਲੋਡ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦਾ ਸਮੁੱਚਾ ਵਿਦਿਆਰਥੀ ਜਿਹੜਾ ਹੈ ਵੱਧ ਤੋਂ ਵੱਧ ਇਸ ਲੈਕਚਰ ਦਾ ਫਾਇਦਾ ਉਠਾ ਸਕੇ। ਇਸ ਜਿਹੜਾ ਚੈਨਲ ਨੂੰ ਜੋ ਕਿ ਆਪਣੇ ਸਕੂਲ ਦਾ ਹੈ ਤੇ ਸਾਰੇ ਅਧਿਆਪਕਾਂ ਦੇ ਜਿਹੜੇ ਲੈਕਚਰ ਅਪਲੋਡ ਕੀਤੇ ਜਾ ਰਹੇ ਨੇ ਇਹਦੇ ਤੇ ਇਸ ਨੂੰ ਸਬਸਕ੍ਰਾਈਬ ਕਰੋ, ਇਸ ਨੂੰ ਸ਼ੇਅਰ ਕਰੋ, ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਇਸ ਦੇ ਜਿਹੜੇ ਲਿੰਕ ਨੇ ਵੱਧ ਤੋਂ ਵੱਧ ਆਪਣੇ ਯਾਰਾਂ ਦੋਸਤਾਂ ਤੱਕ ਭੇਜੋ ਤਾਂ ਜੋ ਜਿਹੜਾ ਹੈ ਕਰੋਨਾ ਪੈਂਡਮਿਕ ਦੇ ਵਿੱਚ ਜਿਹੜਾ ਹੈ ਬਿਮਾਰੀ ਕਰਕੇ ਜਿਹੜੇ ਘਰ ਆਪਾਂ ਬੈਠੇ ਹਾਂ ਘਰਾਂ ਦੇ ਵਿੱਚ ਤੇ ਆਨਲਾਈਨ ਸਟੱਡੀ ਕਰ ਰਹੇ ਹਾਂ, ਇਸ ਦਾ ਵੱਧ ਤੋਂ ਵੱਧ ਫਾਇਦਾ ਜਿਹੜਾ ਹੈ ਉਹ ਵਿਦਿਆਰਥੀ ਵਰਗ ਉਠਾ ਸਕੇ। ਹਾਂ ਬੇਟਾ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸ਼ਿਵ ਕੁਮਾਰ ਬਟਾਲਵੀ ਜੀ ਦੇ ਬਾਰੇ ਦੱਸਾਂਗਾ। ਕਵੀ ਦੇ ਬਾਰੇ ਸਾਡੀ ਜਾਣ ਪਛਾਣ ਹੋਣਾ ਬਹੁਤ ਜ਼ਰੂਰੀ ਹੈ। ਹਾਂ ਬੇਟਾ, ਸ਼ਿਵ ਕੁਮਾਰ ਬਟਾਲਵੀ ਨੂੰ ਜਿਹੜਾ ਬਿਰਹਾ ਦਾ ਕਵੀ ਕਿਹਾ ਜਾਂਦਾ ਹੈ। ਬਿਰਹਾ ਦਾ ਮਤਲਬ ਜਿਹੜਾ ਵਿਛੋੜੇ ਦਾ, ਜਿਹੜਾ ਕਿ ਕਿਸੇ ਨੂੰ ਜਿਹੜਾ ਕਿਸੇ ਦੇ ਵਿਛੜ ਜਾਣ ਦਾ ਦਰਦ ਲੱਗਿਆ ਹੋਵੇ, ਦੁੱਖ ਲੱਗਿਆ ਹੋਵੇ, ਉਸ ਨੂੰ ਮਤਲਬ ਬਿਰਹਾ ਕਿਹਾ ਜਾਂਦਾ ਹੈ। ਬਿਰਹਾ ਜਿਹੜੀ ਹੈ ਉਹ ਕਿਸੇ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਹੋ ਸਕਦੀ ਹੈ, ਜਦੋਂ ਸਾਡਾ ਬਹੁਤ ਜ਼ਿਆਦਾ ਨੇੜੇ ਦਾ ਕਰੀਬੀ ਸੱਕਾ ਸੰਬੰਧੀ ਸਾਡੇ ਤੋਂ ਵਿਛੜ ਜਾਂਦਾ ਹੈ ਤਾਂ ਜਿਹੜੀ ਹੂਕ ਜਿਹੜੀ ਦਿਲ ਦੇ ਵਿੱਚੋਂ ਨਿਕਲਦੀ ਹੈ ਦੁੱਖ ਦੇ ਵਿੱਚ, ਦਰਦ ਦੇ ਵਿੱਚ, ਉਸ ਨੂੰ ਬਿਰਹਾ ਦੀ ਹੂਕ ਕਿਹਾ ਜਾਂਦਾ ਹੈ। ਆਪ ਨੇ ਯਾਨੀ ਕਿ ਸ਼ਿਵ ਕੁਮਾਰ ਜੀ ਨੇ ਆਪਣੀਆਂ ਰਚਨਾਵਾਂ ਵਿੱਚ ਗਮ, ਦਰਦ ਅਤੇ ਵਿਛੋੜੇ ਦੀ ਪੀੜ ਨੂੰ ਵਿਸ਼ੇਸ਼ ਰੂਪ ਦੇ ਵਿੱਚ ਬਿਆਨ ਕੀਤਾ ਹੈ ਤੇ ਸ਼ਿਵ ਕੁਮਾਰ ਬਟਾਲਵੀ ਜੀ ਦਾ ਜਨਮ ਪਿੰਡ ਸੋਹਣੀਆਂ ਜ਼ਿਲ੍ਹਾ ਗੁਰਦਾਸਪੁਰ ਵਿੱਚ 8 ਅਕਤੂਬਰ ਜਿਹੜਾ 1937 ਈਸਵੀ ਨੂੰ ਕ੍ਰਿਸ਼ਨ ਗੋਪਾਲ ਜੀ ਦੇ ਘਰ ਹੋਇਆ ਤੇ ਇਹਨਾਂ ਨੇ ਮੁੱਢਲੀ ਵਿੱਦਿਆ ਜਿਹੜੀ ਪਿੰਡ ਦੇ ਸਕੂਲ ਵਿੱਚੋਂ ਅਤੇ ਸਲਵੇਸ਼ਨ ਆਰਮੀ ਹਾਈ ਸਕੂਲ ਬਟਾਲੇ ਤੋਂ ਮੈਟ੍ਰਿਕ ਕੀਤੀ ਤੇ ਬਟਾਲਵੀ ਜੀ ਕਾਲਜ ਦੇ ਵਿੱਚ ਦਾਖਲ ਤਾਂ ਹੋਏ ਪਰ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਅਤੇ ਪੜ੍ਹਾਈ ਦੇ ਦੌਰਾਨ ਹੀ ਕਵਿਤਾ ਲਿਖਣ ਲੱਗ ਗਏ। ਆਪ ਕੁਝ ਸਮਾਂ ਪਟਵਾਰੀ ਲੱਗੇ ਰਹੇ ਪਰ ਛੇਤੀ ਹੀ ਇਹ ਨੌਕਰੀ ਛੱਡ ਦਿੱਤੀ ਤੇ ਫਿਰ ਸਟੇਟ ਬੈਂਕ ਆਫ ਇੰਡੀਆ ਚੰਡੀਗੜ੍ਹ ਦੇ ਵਿੱਚ ਜਿਹੜਾ ਇਹਨਾਂ ਨੇ ਨੌਕਰੀ ਜਿਹੜੀ ਹੈ ਉਹ ਕੀਤੀ, ਨੌਕਰੀ ਲੱਗ ਗਏ ਤੇ ਪਰ ਇਹਨਾਂ ਦਾ ਰੁਝਾਨ ਜਿਹੜਾ ਸੀ ਉਹ ਕਵਿਤਾ ਲਿਖਣ ਵੱਲ ਹੀ ਰਿਹਾ ਤੇ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਦਰਦ, ਗਮ, ਵਿਛੋੜਾ, ਵਿਛੋੜੇ ਦਾ ਗਮ ਅਤੇ ਪੀੜ ਨਾਲ ਜਿਹੜੀ ਆਪਦੀ ਜਿਹੜੀ ਕਵਿਤਾ ਜਿਹੜੀ ਇਹ ਭਿੱਜੀ ਹੋਈ ਹੈ। ਆਪ ਨੇ ਬਿਰਹਾ ਦੀ ਪੀੜ ਨੂੰ ਪੇਸ਼ ਕਰਨ ਦੇ ਲਈ ਉਪਮਾ ਅਲੰਕਾਰ ਜਿਹੜਾ ਹੈ ਲੋਕ ਸੰਸਕ੍ਰਿਤੀ ਦੇ ਵਿੱਚੋਂ ਲਏ ਹਨ। ਹਾਂ ਬੇਟਾ, ਜਦੋਂ ਕਿਸੇ ਦੀ ਸੁੰਦਰ ਵਸਤੂ ਦੀ ਤੁਲਨਾ ਕਿਸੇ ਸੁੰਦਰ ਵਸਤੂ ਦੇ ਨਾਲ ਬਰਾਬਰ ਗੁਣਾਂ ਵਾਲੀ ਵਸਤੂ ਦੇ ਨਾਲ ਕੀਤੀ ਜਾਂਦੀ ਹੈ ਤਾਂ ਉੱਥੇ ਜਿਹੜਾ ਹੈ ਉਹ ਉਸਨੂੰ ਉਪਮਾ ਕਰਨਾ ਕਹਿੰਦੇ ਹਾਂ ਤੇ ਇਹ ਜਿਹੜਾ ਉਪਮਾ ਅਲੰਕਾਰ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਇਹਨਾਂ ਦੀ ਬੋਲੀ ਅੱਛਾ ਸ਼ਿਵ ਕੁਮਾਰ ਜੀ ਨੂੰ ਬੋਲੀ ਉੱਤੇ ਵਿਸ਼ੇਸ਼ ਕਾਬੂ ਹੈ ਤੇ ਲੋਕ ਬੋਲੀ ਵਿੱਚੋਂ ਲਏ ਗਏ ਸ਼ਬਦ ਆਪ ਦੀ ਕਵਿਤਾ ਵਿੱਚ ਨਵੇਕਲੇ ਅਰਥ, ਨਵੇਕਲੇ ਹੁੰਦਾ ਵੱਖਰੇ ਅਰਥ ਅਤੇ ਭਾਵ ਪੈਦਾ ਕਰਦੇ ਹਨ। ਆਪਣੇ ਜਿਹੜੇ ਤੁਹਾਡੀ ਜਿਹੜੀ ਸਿਲੇਬਸ ਦੀ ਪਾਠ ਪੁਸਤਕ ਇਸ ਦੇ ਵਿੱਚ ਜਿਹੜਾ ਹੈ ਸ਼ਿਵ ਕੁਮਾਰ ਬਟਾਲਵੀ ਜੀ ਦਾ ਗੀਤ ਜਿਹੜਾ ਹੈ ਉਹ ਕਵਿਤਾ ਨੂੰ ਸ਼ਾਮਿਲ ਕੀਤਾ ਗਿਆ ਹੈ, ਇਹ ਗੀਤ ਹੈ ਤੇ ਅੱਗੇ ਬੇਟਾ ਆਪਾਂ ਇਸ ਗੀਤ ਦੇ ਉੱਤੇ ਜਿਹੜਾ ਇਸ ਦਾ ਅਧਿਐਨ ਕਰਦੇ ਹਾਂ। ਵੈਸੇ ਤਾਂ ਇਹ ਗੀਤ ਜਿਹੜਾ ਹੈ ਤੁਸੀਂ ਜਿਹੜਾ ਹੈ ਆਪਣੇ ਵੱਖ ਵੱਖ ਜਿਹੜੇ ਗਾਇਕ ਕਲਾਕਾਰ ਨੇ ਆਪਣੇ ਯੂਟਿਊਬ ਚੈਨਲ ਦੇ ਉੱਤੇ ਸਰਚ ਮਾਰ ਕੇ ਆਪਣੇ ਮਹਿੰਦਰ ਕਪੂਰ ਜੀ ਦੀ ਆਵਾਜ਼ ਦੇ ਵਿੱਚ, ਆਸਾ ਸਿੰਘ ਮਸਤਾਨਾ ਜੀ ਦੀ ਆਵਾਜ਼ ਦੇ ਵਿੱਚ ਤੇ ਇਹਨਾਂ ਦੇ ਵਿੱਚ ਜਿਹੜਾ ਹੈ ਤੈਨੂੰ ਦਿਆਂ ਹੰਝੂਆਂ ਦਾ ਪਹਾੜਾ,
इस मतलब जिहड़ा है टाइप करके तुसी जिहड़ा है शिव कुमार बटालवी जी दा गीत जिहड़ा सर्च करके ते ए सुन भी सकदे हो। ए बहुत अच्छा गाया है अमिंदर कपूर जी ने। ते हां बेटा हुण आपां इस दा अध्ययन करदे हां। तेनू दया हंजुआ दा पाड़ा नी पीड़ा दा परागा पुन दे। कवि मतलब जिहड़ा है होनी नू बेनती करदा है सुंदर होनी जेड़ी मतलब जेड़ी है कवि जेड़ी है पट्ठी वाली है ओ होनी नू प्रतीक दे रूप दे विच जेड़ा पट्ठी वाली दे प्रतीक दे रूप दे विच वर्णन करदा है। पुराने समय दे विच बेटा आपां देखदे हां पिंडां दे विच बार जेड़ा है ओ पट्ठी वालियां जेड़ियां सी ओ दाणे पुंदियां सी बहुत सारे लोग छोले कणक आदि जेड़ा पुना के ल्यांदे सन जिथे ओ मतलब जेड़ा है पुना के ल्यांदे सन उच्चे उत्थे जेड़ी पट्ठी वालियां जेड़ियां मेहनत मजदूरी करदियां सन उन्हां दी रोटी रोजी भी इस दे विचों चलदी सी। ते ओ फिर इत्थे मतलब जेड़ा कवि कहिंदा है वी तैनू हे पट्ठी वालीए हे मेरी जेड़े होनी मौत मैं तैनू हंजुआ दा पाड़ा दे सकदा मेरे कोल हंजुआ दा पाड़ा देन ली मैं तैयार हां ते तू मेरा जेड़ा पीड़ा दा परागा है। परागा हुंदा है मतलब के जेड़ा एक बारी जेड़ा दाने भुलने जांदे आं ते एक पूर दे विच जेड़े पाए जांदे ने ओनू आपां जेड़ा है कहिंदे परागा पीड़ा दा परागा पौंदे। हां बेटा भी मेरे दुख ते दर्द दा जेड़ा है ओ परागा पौंदे ते अब पट्ठी वालीए चंबे दी डालीए ओ कवि जेड़ा है पट्ठी वाली नू जेड़ा है ओ चंबे दी डाली कहिंदा है ते मौत नू जेड़ा है पट्ठी वाली दे प्रतीक दे रूप दे विच पेश करदा है भी तू जेड़ा है मेरे दुखां दा मेरे दर्दां दा जेड़ा है मैं तेरे कोल भुनाण लई आया पीड़ां दा परागा जेड़ा है दुखां दर्दां दा भुन दे। हो गया कवेला मैनू टल गईआं छावां नी कहिंदा मैनू जेड़ा है बहुत कवेला हो गया है छां भी जेड़ी है ओ ढल गई है ते बेलियां च मोड़े आईयां मझियां ते गावां नी बाहरों जेड़ा मझां ते गावां चर के खेतां दे विचों चरांदां दे विचों बेलियां दे विचों जेड़ा मझां जेड़ियां ने ओ चर के आ गईयां ने ते चिड़ियां जेड़ियां ने ओ शाम हो गई है इन्हां ने भी अपने आपो अपने घरां दे विच जाण लई चीक चिहाड़ा पाया होया है ते मैं इस समय तैनूं मतलब बेनती करदा ਕਹਿੰਦਾ ਵੀ ਮੇਰਾ ਜਿਹੜਾ ਪੀੜਾਂ ਦਾ ਦੁੱਖਾਂ ਦਰਦਾਂ ਦਾ ਜਿਹੜਾ ਪਰਾਗਾ ਜਿਹੜਾ ਹੈ ਉਹ ਭੁੰਨ ਦੇ ਤੇ ਤੈਨੂੰ ਮੈਂ ਜਿਹੜਾ ਹੈ ਆਪਣੇ ਹੰਝੂਆਂ ਦਾ ਪਾੜਾ ਜਿਹੜਾ ਹੈ ਉਹ ਦੇਣ ਨੂੰ ਤਿਆਰ ਹਾਂ ਛੇਤੀ ਛੇਤੀ ਕਰੀ ਮੈਂ ਤਾਂ ਜਾਣਾ ਬੜੀ ਦੂਰ ਨੀ। ਕਵੀ ਕਹਿੰਦਾ ਵੀ ਬਹੁਤ ਜਲਦੀ ਛੇਤੀ ਛੇਤੀ ਕਰ ਮੇਰੀ ਪ੍ਰੇਮਿਕਾ ਜਿੱਥੇ ਤੁਰ ਗਈ ਹੈ ਚਲੀ ਗਈ ਹੈ ਉਹ ਬੜੀ ਦੂਰ ਚਲੀ ਗਈ ਹੈ ਉਹ ਰੱਬ ਦੇ ਕੋਲ ਚਲੀ ਗਈ ਹੈ ਤੇ ਮੈਂ ਇਸ ਕਰਕੇ ਬੜੀ ਦੂਰ ਜਾਣਾ ਉਹਦੇ ਕੋਲ ਤੇ ਮੇਰੇ ਜਿਹੜੇ ਹਾਣੀਆਂ ਦਾ ਜਿਹੜੀ ਮੇਰੀ ਪ੍ਰੇਮਿਕਾ ਹੈ ਉਹਨਾਂ ਦਾ ਪੂਰ ਉਸ ਦਾ ਪੂਰ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਉਹ ਜਿਹੜਾ ਹੈ ਉਹ ਹਾਣੀਆਂ ਦਾ ਜਿਹੜਾ ਹੈ ਜਿੱਥੇ ਮੇਰੇ ਹਾਣੀਆਂ ਦਾ ਟੁਰ ਗਿਆ ਪੂਰ ਨੀ ਪੂਰ ਜਿਹੜਾ ਤੁਰ ਗਿਆ ਹੈ ਇਕੱਠੀਆਂ ਮੇਰੀਆਂ ਜਿਹੜੀ ਪ੍ਰੇਮਿਕਾ ਜਿਹੜੀ ਉਹ ਚਲੀ ਗਈ ਹੈ ਤੇ ਮੈਂ ਆਪਣੀ ਪ੍ਰੇਮਿਕਾ ਦੇ ਕੋਲ ਜਾਣਾ ਹੈ ਤੇ ਛੇਤੀ ਕਰ ਤੇ ਪਰ ਕਹਿੰਦਾ ਉਸ ਪਿੰਡ ਦਾ ਸੁਣੀਂਦੇ ਰਾਹ ਮਾੜਾ ਕਹਿੰਦਾ ਵੀ ਸੁਣਿਆ ਜਾਂਦਾ ਵੀ ਉਸ ਜਿਹੜੇ ਰਾਹ ਤੇ ਉਹ ਗਈ ਹੈ ਜਿਹੜੇ ਰਾਹਾਂ ਤੋਂ ਤੁਰ ਕੇ ਗਈ ਹੈ ਉਹ ਰਾਹ ਦਾ ਜਿਹੜਾ ਸੁਣਿਆ ਜਾਂਦਾ ਵੀ ਰਾਹ ਬਹੁਤ ਮਾੜਾ ਹੈ ਤੇ ਉਸ ਦੇ ਉੱਤੇ ਮੈਨੂੰ ਜਾਣ ਲੱਗਿਆ ਬੜਾ ਸਮਾਂ ਲੱਗ ਜਾਣਾ ਉਸ ਕੋਲ ਪਹੁੰਚਣ ਲੱਗਿਆ ਤੇ ਇਸ ਕਰਕੇ ਮੈਨੂੰ ਮੇਰਾ ਪੀੜਾਂ ਦਾ ਪਰਾਗਾ ਭੁੰਨ ਦੇ ਤੇ ਤੈਨੂੰ ਮੈਂ ਆਪਣਾ ਹੰਝੂਆਂ ਦਾ ਜਿਹੜਾ ਪਾੜਾ ਜਿਹੜਾ ਹੈ ਉਹ ਦੇਣ ਨੂੰ ਤਿਆਰ ਹਾਂ। ਮੇਰੀ ਵਾਰੀ ਪੱਤਿਆਂ ਦੀ ਪੰਡ ਸਿੱਲੀ ਹੋਊਗੀ ਕਿ ਜਦੋਂ ਮੇਰੀ ਵਾਰੀ ਆਈ ਹੈ ਤੇ ਜਿਹੜੇ ਆਪਾਂ ਬੇਟਾ ਦੇਖਦੇ ਪੱਠੀਆਂ ਪੱਠੀ ਵਾਲੇ ਜਿਹੜੇ ਸੀ ਕੋਈ ਲੰਬੀਆਂ ਚੌੜੀਆਂ ਲੱਕੜਾਂ ਨਹੀਂ ਬਾਲਦੇ ਸੀ ਕੋਈ ਪੱਤੇ ਹੋਰ ਜਿਹੜਾ ਆਸੇ ਪਾਸਿਓਂ ਚੁੱਗ ਕੇ ਉਹ ਹੀ ਬਾਲਦੇ ਸੀ ਤੇ ਜਿਹੜੀ ਉਹ ਪੰਡ ਬਣ ਕੇ ਪੱਠੀ ਵਾਲੀ ਜਿਹੜੀ ਹੈ ਉਹ ਬਾਲਣ ਦੇ ਤੌਰ ਤੇ ਉਹਨਾਂ ਨੂੰ ਪੱਤਿਆਂ ਨੂੰ ਯੂਜ ਕਰਦੀ ਸੀ ਵਰਤੋਂ ਕਰਦੀਆਂ ਸਨ। ਕਹਿੰਦਾ ਪਰੰਤੂ ਜਦੋਂ ਮੇਰੀ ਵਾਰੀ ਆਈਏ ਤੇਰੀ ਪੰਡ ਜਿਹੜੀ ਉਹ ਬਾਲਣ ਦੀ ਸਿੱਲੀ ਹੋ ਗਈ ਹੈ ਤੇ ਜਿਹੜੀ ਮਿੱਟੀ ਦੀ ਤੇਰੀ ਕੜਾਈ ਜਿਹੜੀ ਹੈ ਕਾਹਨੂੰ ਪਿੱਲੀ ਹੋ ਗਈ ਵੀ ਤੇਰੀ ਮਿੱਟੀ ਦੀ ਜਿਹੜੀ ਕੜਾਈ ਹੈ ਜਿਸ ਦੇ ਵਿੱਚ ਤੂੰ ਦਾਣੇ ਭੁੰਨਦੀ ਹੈ ਇਹ ਪਤਾ ਨਹੀਂ ਕਿਉਂ ਪਿੱਲੀ ਹੋ ਗਈ ਹੈ ਕੱਚੀ ਹੋ ਗਈ ਹੈ ਤੇਰੇ ਸੇਕ ਨੂੰ ਕੀ ਵਗਿਆ ਦੁਗਾੜਾ ਵੀ ਤੇਰੇ ਸੇਕ ਨੂੰ ਪਤਾ ਨਹੀਂ ਦੁਨਾਲੀ ਬੰਦੂਕ ਦੀ ਜਿਹੜੀ ਹੈ ਉਹ ਕਿਹੜੀ ਗੋਲੀ ਵੱਜ ਗਈ ਹੈ ਤੇ ਜਿਸ ਦੇ ਕਰਕੇ ਕੰਮ ਜਿਹੜਾ ਹੈ ਖਤਮ ਹੋ ਗਿਆ ਹੈ ਤੇ ਨੀ ਪੀੜਾਂ ਦਾ ਪਰਾਗਾ ਭੁੰਨ ਦੇ ਪਰੰਤੂ ਜਿਹੜਾ ਮੇਰਾ ਪੀੜਾਂ ਦਾ ਪਰਾਗਾ ਹੈ ਉਹ ਤੂੰ ਭੁੰਨ ਦੇ ਹੇ ਪੱਠੀ ਵਾਲੀਏ ਤੇ ਤੈਨੂੰ ਮੈਂ ਹੰਝੂਆਂ ਦਾ ਪਾੜਾ ਜਿਹੜਾ ਹੈ ਉਹੀ ਦੇ ਸਕਦਾ ਹਾਂ ਤੇ ਇਸ ਕਰਕੇ ਮੇਰੇ ਦੁੱਖਾਂ ਦਰਦਾਂ ਦਾ ਪੀੜਾਂ ਦਾ ਪਰਾਗਾ ਭੁੰਨ ਤਾਂ ਜੋ ਮੈਂ ਜਿਹੜਾ ਆਪਣੀ ਪ੍ਰੇਮਿਕਾ ਦੇ ਕੋਲ ਚਲਾ ਜਾਵਾਂ। ਲੱਪ ਕੂਏ ਚੁੰਗ ਮੇਰੀ ਮੈਨੂੰ ਪਹਿਲਾਂ ਟੋਰਨੀ ਚੁੰਗ ਬੇਟਾ ਕਹਿੰਦੇ ਆ ਗਾਹਕ ਨੂੰ ਤੇ ਜਿਹੜੇ ਦਾਣੇ ਪੁਣਾਉਣ ਦੇ ਉੱਤੇ ਜਿਹੜੇ ਉੱਥੇ ਲੋਕ ਆਉਂਦੇ ਸੀ ਉਹਨਾਂ ਨੂੰ ਚੁੰਗ ਕਿਹਾ ਜਾਂਦਾ ਸੀ
ਵੀ ਮੇਰੀ ਜਿਹੜੀ ਚੁੰਘ ਹੈ ਮਤਲਬ ਮੈਂ ਬਹੁਤ ਮਤਲਬ ਮੈਂ ਇਕੱਲਾ ਹੀ ਰਹਿ ਗਿਆ ਹਾਂ ਤੇ ਮੇਰੀ ਚੁੰਘ ਜਿਹੜੀ ਹੈ ਬਹੁਤ ਲੱਪਕੂ ਹੈ ਥੋੜੀ ਜੀ ਹੈ ਤੇ ਮੈਨੂੰ ਪਹਿਲਾਂ ਤੋਰ ਨਹੀਂ ਇਸ ਕਰਕੇ ਤੂੰ ਮੈਨੂੰ ਪਹਿਲਾਂ ਤੋਰ ਦੇ ਕੱਚੇ ਕੱਚੇ ਰੱਖ ਨਾਨੀ ਰਾੜ ਥੋੜੇ ਹੋਰ ਨਹੀਂ ਮੈਂ ਜਿਹੜੇ ਦੁੱਖਾਂ ਦਰਦਾਂ ਦੇ ਦਾਣੇ ਤੇਰੇ ਕੋਲ ਭੁਣਾਉਣ ਜਾ ਰਿਹਾ ਹਾਂ ਇਹਨਾਂ ਨੂੰ ਮਤਲਬ ਜਿਹੜਾ ਹੈ ਵੀ ਕੱਚੇ ਨਾ ਰੱਖ ਇਸ ਨੂੰ ਥੋੜਾ ਜਿਹਾ ਹੋਰ ਰਾੜ ਭਾਵ ਇਹਨਾਂ ਨੂੰ ਹੋਰ ਕਰਾਰੇ ਕਰ ਕਵੀ ਦੇ ਕਹਿਣ ਦਾ ਮਤਲਬ ਇਹ ਵੀ ਉਸ ਦੇ ਦੁੱਖ ਦਰਦ ਦੇ ਵਿੱਚ ਪਹਿਲਾਂ ਹੀ ਭਿੱਜਿਆ ਇਸ ਕਰਕੇ ਉਸ ਦੇ ਦੁੱਖ ਦਰਦ ਜਿਹੜੇ ਨੇ ਹੋਰ ਕਰਾਰੇ ਕਰ ਤੇਜ਼ ਕਰ ਕਰਾਂ ਮਿੰਤਾ ਮੁਕਾ ਦੇ ਨੀ ਪੁਆੜਾ ਮੈਂ ਤੇਰੀਆਂ ਮਿੰਤਾ ਕਰ ਰਿਹਾ ਹਾਂ ਤੇ ਤੂੰ ਮੇਰਾ ਪੁਆੜਾ ਜਿਹੜਾ ਹੈ ਮੇਰੀ ਮਤਲਬ ਦੁੱਖ ਦਰਦ ਜਿਹੜਾ ਖਤਮ ਕਰ ਦੇ ਤੇ ਮੇਰਾ ਪੀੜਾਂ ਦਾ ਪਰਾਗਾ ਭੁੰਨ ਦੇ ਤੇ ਤੈਨੂੰ ਮੈਂ ਹੰਝੂਆਂ ਦਾ ਪਹਾੜਾ ਜਿਹੜਾ ਹੈ ਪੱਠੀ ਵਾਲੀਏ ਦੇਣ ਨੂੰ ਤਿਆਰ ਹਾਂ ਜਿਹੜਾ ਕਿ ਪੱਠੀ ਵਾਲੀ ਨੂੰ ਮੌਤ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਵਰਤਿਆ ਹੈ ਸੋ ਗਈਆਂ ਹਵਾਵਾਂ ਰੋ ਰੋ ਕਰ ਵਿਰਲਾਪਨੀ ਸਾਰੀਆਂ ਹਵਾਵਾਂ ਜਿਹੜੀਆਂ ਨੇ ਉਹ ਮੇਰੇ ਨਾਲ ਦੁੱਖ ਦਰਦ ਦੇ ਨਾਲ ਵਿਰਲਾਪ ਕਰਕੇ ਸੌ ਗਈਆਂ ਹਨ ਰੋ ਕੇ ਸੌ ਗਈਆਂ ਹਨ ਤਾਰਿਆਂ ਨੂੰ ਚੜ ਗਿਆ ਮੱਠਾ ਮੱਠਾ ਤਾਪਣੀ ਤਾੜੇ ਤਾਰਿਆਂ ਨੂੰ ਜਿਹੜਾ ਹੈ ਮੱਠਾ ਮੱਠਾ ਥੋੜਾ ਥੋੜਾ ਤਾਪ ਭਾਵ ਉਹਨਾਂ ਨੂੰ ਬੁਖਾਰ ਚੜ ਗਿਆ ਹੈ ਜੰਝ ਸਾਹਾਂ ਦਾ ਦੀਦਾ ਰੁੱਸ ਗਿਆ ਲਾੜਾ ਵੀ ਮੇਰੇ ਜਿਹੜੇ ਸਾਹਾਂ ਦਾ ਜਿਹੜਾ ਲਾੜਾ ਹੈ ਮੇਰੇ ਸਾਹ ਜਿਹੜੇ ਨੇ ਉਹ ਖਤਮ ਹੋਣ ਲੱਗੇ ਨੇ ਤੇ ਮੇਰਾ ਜਿਹੜਾ ਸਾਹਾਂ ਦਾ ਲਾੜਾ ਹੈ ਉਹ ਲਾੜਾ ਜਿਹੜਾ ਹੈ ਉਹ ਜਿਹੜਾ ਮੁਟਿਆਰ ਨੂੰ ਵਿਆਹ ਕੇ ਲਿਆਉਂਦਾ ਹੈ ਕੁੜੀ ਨੂੰ ਵਿਆਹ ਕੇ ਲਿਆਉਂਦਾ ਉਸ ਨੂੰ ਕਹਿੰਦੇ ਹਾਂ ਵੀ ਇਹ ਰੁੱਸ ਗਿਆ ਹੈ ਨੀ ਪੀੜਾਂ ਦਾ ਪਰਾਗਾ ਪਾਉਂਦੇ ਪੱਠੀ ਵਾਲੀਏ ਤੈਨੂੰ ਮੈਂ ਹੰਝੂਆਂ ਦਾ ਪਹਾੜਾ ਦੇਣ ਨੂੰ ਤਿਆਰ ਹਾਂ ਤੇ ਇਸ ਕਰਕੇ ਤੂੰ ਮੇਰਾ ਪੀੜਾਂ ਦਾ ਪਰਾਗਾ ਜਿਹੜਾ ਹੈ ਜਲਦੀ ਜਲਦੀ ਭੁੱਲਣ ਦੇ ਤਾਂ ਜੋ ਮੈਂ ਆਪਣੀ ਪ੍ਰੇਮਿਕਾ ਦੇ ਕੋਲ ਜਿਹੜੀ ਮੈਨੂੰ ਛੱਡ ਕੇ ਚਲੀ ਗਈ ਹੈ ਦੁਨੀਆਂ ਛੱਡ ਕੇ ਚਲੀ ਗਈ ਹੈ ਉਸ ਦੇ ਕੋਲ ਮੈਂ ਛੇਤੀ ਛੇਤੀ ਜਿਹੜਾ ਹੈ ਪਹੁੰਚ ਸਕਾਂ ਆਹ ਬੇਟਾ ਤੁਹਾਡਾ ਸੀ ਕਵਿਤਾ ਪਾਠ ਤੇ ਕੱਲ ਜਿਹੜਾ ਹੈ ਆਪਾਂ ਤੁਹਾਡੀ ਜਿਹੜੀ ਹੈ ਅਭਿਆਸ ਦੇ ਲਈ ਜਿਹੜੇ ਪ੍ਰਸ਼ਨ ਦਿੱਤੇ ਗਏ ਨੇ ਇਹਨਾਂ ਦੇ ਉੱਤੇ ਚਰਚਾ ਕਰਾਂਗੇ ਤੇ ਜਿਹੜਾ ਤੁਸੀਂ ਜਿਹੜਾ ਹੈ ਘਰਾਂ ਵਿੱਚ ਰਿਹਾ ਕੇ ਸਟੇ ਹੋਮ ਸਟੇ ਸੇਫ ਪਰੰਤੂ ਜਿਹੜਾ ਪੜ੍ਹਾਈ ਜਿਹੜੀ ਹੈ ਤੁਸੀਂ ਜਾਰੀ ਰੱਖੋ ਥੈਂਕ ਯੂ ਵੈਰੀ ਮੱਚ ਓਕੇ ਓਕੇ ਓਕੇ